OTS ਸਕੀਮ ਟੈਕਸਿਸ ਦੇ ਵਿੱਚ ਸੁਣੀ ਸੀ ਹਰਪਾਲ ਚੀਮਾ ਸਾਹਿਬ ਨੇ GST ਲਈ ਵੀ ਕੀਤੀ ਸੀ, ਇੰਡਸਟਰੀਅਲਿਸਟ ਲਈ ਵੀ ਕੀਤੀ ਸੀਗੀ, ਬਿਜਲੀ ਨੂੰ ਲੈ ਕੇ, ਬਿਜਲੀ ਦੇ ਬਿੱਲਾਂ ਨੂੰ ਲੈ ਕੇ OTS ਸਕੀਮ ਕਿਸ ਤਰੀਕੇ ਕੰਮ ਕਰੇਗੀ, ਕਿਉਂਕਿ ਆਪਣੇ ਆਪ 'ਚ ਸ਼ਾਇਦ ਇਹ ਪਹਿਲਾਂ ਜਾਂ ਫਿਰ ਪਹਿਲੀ ਵਾਰ ਇਹ ਚੀਜ਼ ਹੋ ਰਹੀ? ਦੇਖੋ ਨਹੀਂ, ਅਸੀਂ ਪਹਿਲਾਂ ਵੀ OTS ਸਕੀਮ ਕੀਤੀ ਸੀਗੀ, ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਕੁਝ ਡਿਫਾਲਟਰ ਨੇ ਜਿਹੜੇ ਐਗਰੀਕਲਚਰ ਸੈਕਟਰ ਨੂੰ ਛੱਡ ਕੇ, ਉੱਥੇ ਤਾਂ ਐਬਸੋਲਿਊਟਲੀ ਬਿਜਲੀ ਫ੍ਰੀ ਆ, ਤੁਹਾਨੂੰ ਪਤਾ ਹੀ ਆ। ਦੂਸਰੇ ਨੰਬਰ 'ਤੇ ਜਿਹੜੇ ਗਵਰਨਮੈਂਟ ਆਫਿਸਿਸ ਨੇ ਉਹਨਾਂ ਨੂੰ ਛੱਡ ਕੇ, ਜਿਹੜੇ ਘਰੇਲੂ ਅਤੇ ਕਮਰਸ਼ੀਅਲ ਨੇ ਉਹਨਾਂ ਵਾਸਤੇ ਅਸੀਂ ਇੱਕ ਸਕੀਮ ਲੈ ਕੇ ਆਏ ਹਾਂ, OTS ਸਕੀਮ, ਜਿਹੜੀ 1 September 2023 ਤੋਂ ਬਾਅਦ ਜਿਹੜੇ ਡਿਫਾਲਟਰ ਹੋਏ ਨੇ, ਠੀਕ ਆ, ਉਹਨਾਂ ਨੂੰ ਅਸੀਂ ਇੱਕ ਵਨ ਟਾਈਮ ਸੈਟਲਮੈਂਟ ਦਾ ਮੌਕਾ ਦਿੱਤਾ, ਜਿੱਥੇ ਪਹਿਲਾਂ ਜਿਹੜਾ ਆ ਉਹ ਕੰਪਾਊਂਡ ਇੰਟਰਸਟ ਲੱਗਦਾ ਸੀਗਾ 18%, 18% ਕੰਪਾਊਂਡ ਇੰਟਰਸਟ ਸੀਗਾ, ਅਸੀਂ ਉਹਨੂੰ ਘਟਾ ਕੇ 10% ਜਿਹੜਾ ਸਿੰਪਲ ਇੰਟਰਸਟ ਆ, ਸਿੰਪਲ ਸਧਾਰਨ ਵਿਆਜ ਜਿਹਨੂੰ ਕਹਿੰਦੇ ਆ, ਉਹ ਅਸੀਂ ਕਰ ਦਿੱਤਾ। ਔਰ ਨਾਲ ਦੇ ਨਾਲ ਇਹ ਵੀ ਕਿਹਾ ਹੈ ਕਿ ਜਿਹੜੇ ਕੇਸ ਆਲਰੇਡੀ ਕੋਰਟ ਦੇ ਵਿੱਚ ਨੇ ਉਹ ਵੀ ਇਸ ਸਕੀਮ ਦਾ ਫਾਇਦਾ ਜਿਹੜਾ ਉਹ ਲੈ ਸਕਦੇ ਨੇ। ਸੋ ਮੈਂ ਸਮਝਦਾ ਕਿ ਕਾਫੀ ਜਿਹੜੇ ਡਿਫਾਲਟਰਸ ਨੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਇਸ ਫੈਸਲੇ ਨਾਲ ਮਿਲੂਗੀ, ਔਰ ਸਾਡੇ ਜਿਹੜੇ ਕੋਈ ਲੰਬਤ ਕੇਸ ਨੇ ਰਿਕਵਰੀ ਦੇ ਉਹ ਵੀ ਇਹਦੇ ਨਾਲ ਪੂਰੇ ਹੋ ਜਾਣਗੇ। ਬਹੁਤ ਸਾਰੀ ਈਡੀਓ ਸਾਹਿਬ ਇਹਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਕਨੈਕਸ਼ਨ ਅਜਿਹੇ ਵੀ ਹੋਣਗੇ ਜਿਹੜੇ ਸ਼ਾਇਦ ਬਿੱਲ ਨਾ ਦੇਣ ਕਰਕੇ ਡਿਫਾਲਟ ਹੋਣ ਕਰਕੇ ਕੱਟੇ ਵੀ ਗਏ ਹੋਣਗੇ, ਉਹਨਾਂ ਲਈ ਇਹ ਚੀਜ਼ ਕਿਸ ਤਰੀਕੇ ਨਾਲ ਲਾਹੇਵੰਦ ਰਹੇਗੀ, ਕਿਉਂਕਿ ਉਹ ਲਗਾਤਾਰ ਅਰਜ਼ੀਆਂ ਲੈ ਕੇ ਵੀ ਤੁਹਾਡੇ ਤੱਕ, ਤੁਹਾਡੇ ਜਿਹੜੇ ਡਿਪਾਰਟਮੈਂਟ ਤੱਕ ਜ਼ਰੂਰ ਅਪਰੋਚ ਕਰਦੇ ਨੇ? ਦੇਖੋ ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਡਿਫਾਲਟਰ ਹੋ ਜਾਂਦੇ ਨੇ ਲੋਕ, ਉਸ ਤੋਂ ਬਾਅਦ ਇੰਡਸਟਰੀ ਜਾਂ ਕੋਈ ਆ ਉਹ ਬੰਦ ਹੋ ਜਾਂਦੀ ਹੈ, ਉਹਨਾਂ ਵਾਸਤੇ ਵੀ ਉਹਨੂੰ ਫਿਰ ਸੇਲ ਵੀ ਨਹੀਂ ਕਰ ਪਾਉਂਦੇ, ਕਿਉਂਕਿ ਉਹਨਾਂ ਵਾਸਤੇ ਬਿਜਲੀ ਦੇ ਬਿੱਲ ਦੀ ਪ੍ਰੋਬਲਮ, ਉਹ ਜਦੋਂ ਸੇਲ ਨਹੀਂ ਕਰ ਪਾਉਂਦੇ ਫਿਰ ਉਹਨਾਂ 'ਤੇ ਆਰਥਿਕ ਬੋਝ ਜਿਹੜਾ ਆ ਉਹ ਵੱਧ ਜਾਂਦਾ। ਸੋ ਉਹ ਵੀ ਲੋਕ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਗਏ ਨੇ ਜਾਂ ਚਾਲੂ ਕਨੈਕਸ਼ਨ 'ਚ ਵੀ ਨੇ, ਦੋਨਾਂ ਵਾਸਤੇ ਇਹ ਸਕੀਮ ਜਿਹੜੀ ਆ ਹੈਗੀ ਆ। ਸੋ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਜਾ ਚੁੱਕੇ ਨੇ ਉਹ ਵੀ ਇਸ ਸਕੀਮ ਦਾ ਲਾਭ ਲੈ ਕੇ ਅਤੇ ਇਹਨੂੰ ਜਿਹੜਾ ਆ ਇਹਦੇ ਤੋਂ ਫਾਇਦਾ ਲੈ ਸਕਦੇ। ਕਈ ਵਾਰੀ ਕਈ ਦੇਖਿਆ ਜਾਂਦਾ ਕਿ ਬਹੁਤ ਸਾਰੇ ਜਿਹੜੀ ਅਮਾਊਂਟ ਜਿਹੜੀ ਆ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਸ਼ਾਇਦ ਇੱਕ ਵਾਰੀ ਇਕੱਠਿਆਂ ਨਹੀਂ ਦਿੱਤੀ ਜਾਂਦੀ, ਕਿ ਉਸਨੂੰ ਲੈ ਕੇ ਵੀ ਇਸ ਦੇ ਵਿੱਚ ਕੁਝ ਐਡ ਆਨ ਕੀਤਾ ਗਿਆ? ਵਿੱਚ ਵੀ ਅਸੀਂ ਐਡ ਆਨ ਕੀਤਾ ਹੈ, ਮਤਲਬ ਦੇ ਕੈਨ ਪੇ ਇਨ ਇੰਸਟਾਲਮੈਂਟਸ, ਇੰਸਟਾਲਮੈਂਟਸ ਦੇ ਵਿੱਚ ਪਿਕਅਪ ਇੰਸਟਾਲਮੈਂਟਸ ਜਿਹੜੀਆਂ ਦੇ ਸਕਦੇ। ਮੈਂ 4 ਕਿਸ਼ਤਾਂ ਦੇ ਵਿੱਚ ਅਸੀਂ ਉਹਨੂੰ ਪ੍ਰਪੋਜ਼ ਕੀਤਾ ਆ, ਸੋ ਉਹ ਉਹਨਾਂ ਨੂੰ ਇੰਸਟਾਲਮੈਂਟਸ ਦੇ ਵਿੱਚ। ਵਿਰੋਧੀ ਧਿਰਾਂ ਜਿਹੜੀਆਂ ਇਸ ਨੂੰ ਲੈ ਕੇ ਹੋਰ ਗੱਲਾਂ ਕਰ ਰਹੀਆਂ ਨੇ, ਕਹਿੰਦੇ ਕਿ ਸਰਕਾਰ ਕੋਲ ਪੈਸਾ ਨਹੀਂ ਹੈਗਾ, ਇਸ ਕਰਕੇ ਅਜਿਹੀਆਂ ਸਕੀਮਾਂ ਆ ਰਹੀਆਂ ਨੇ, ਕਹਿੰਦੇ ਕਿ ਤਨਖਾਹ ਦੇਣ ਨੂੰ ਪੈਸੇ ਨਹੀਂ ਹੈਗੇ। ਪ੍ਰਤਾਪ ਸਿੰਘ ਬਾਜਵਾਹਣਾ ਦੀ ਗੱਲ ਕਰੀਏ, ਉਹ ਫੰਡਸ ਨੂੰ ਲੈ ਕੇ ਲਗਾਤਾਰ ਗੱਲ ਕਰਦੇ ਰਹਿੰਦੇ ਨੇ, ਉਹਨੂੰ ਫਿਰ ਕਿੱਦਾਂ ਦੇਖੀਏ, ਕਿਉਂਕਿ ਸਿੱਧੇ ਤੌਰ ਦੇ ਉੱਤੇ ਹੈ ਤਾਂ ਵਿਰੋਧੀ ਲੀਡਰ ਨੇ, ਔਰ ਸ਼ਾਇਦ ਨਹੀਂ। ਦੇਖੋ ਤੁਸੀਂ ਇਹ ਕਹਿ ਰਹੇ ਹੋ ਸਰਕਾਰ ਕੋਲ ਪੈਸਾ ਨਹੀਂ ਹੈਗਾ ਤਾਂ ਕਰਕੇ ਇਹ ਸਕੀਮ, ਤੁਸੀਂ ਇਹ ਕਿਉਂ ਨਹੀਂ ਕਹਿ ਰਹੇ ਕਿ ਲੋਕਾਂ ਨੂੰ ਬੈਨੀਫਿਟ ਦੇਣ ਵਾਸਤੇ ਇਹ ਸਕੀਮਾਂ ਲਿਆਂਦੀਆਂ ਜਾ ਰਹੀਆਂ ਨੇ? ਇੱਕ ਜੇ ਪੈਸਾ ਨਹੀਂ ਹੈਗਾ ਤਾਂ ਅਸੀਂ 18% ਤੋਂ ਵਿਆਜ 25% ਦਾ ਨਹੀਂ ਕੀਤਾ, ਅਸੀਂ 18% ਤੋਂ 10% ਲੈ ਕੇ ਆਏ, ਐਂਡ ਇਟ ਇਜ਼ ਇਨ ਦਾ ਬੈਨੀਫਿਟ ਆਫ ਪਬਲਿਕ। ਸੋ ਅਸੀਂ ਜਿਹੜਾ ਵੀ ਫੈਸਲਾ ਲੈਂਦੇ ਹਾਂ ਲੋਕ ਹਿੱਤ ਦੇ ਵਿੱਚ ਫੈਸਲਾ ਲੈਂਦੇ ਹਾਂ, ਇਸ OTS ਸਕੀਮ ਦੇ ਨਾਲ ਲੋਕਾਂ ਨੂੰ ਫਾਇਦਾ ਹੋਣ ਜਾ ਰਿਹਾ। ਠੀਕ ਹੈ, ਧੰਨਵਾਦ ਸੋਹਣ ਸਾਡੇ ਨਾਲ ਪੰਜਾਬ ਦੇ ਬਿਜਲੀ ਮੰਤਰੀ ਹਰਪਿੰਦਰ ਸਿੰਘ ਗੀਟੀ, ਜੋ ਕਿ ਸਿੱਧੇ ਤੌਰ ਦੇ ਉੱਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ OTS ਸਕੀਮ ਦਾ ਫਾਇਦਾ ਜਿਹੜਾ ਉਹ ਆਮ ਲੋਕਾਂ ਨੂੰ ਦਿੱਤਾ ਜਾਏਗਾ, ਜਿਸ ਦੇ ਨਾਲ ਜੇਕਰ ਕਿਸੇ ਦੇ ਵੀ ਕੋਈ ਡਿਫਾਲਟ ਹੋ ਗਿਆ ਸੀਗਾ, ਕੁਛ ਹੋ ਗਿਆ ਸੀਗਾ, ਤਾਂ ਉਹ ਆਪਦੀ ਹੁਣ ਬਿੱਲਾਂ ਦੀ ਭਰਪਾਈ ਜਿਹੜੀ ਆ ਉਹ ਵਨ ਟਾਈਮ ਦੇ ਵਿੱਚ ਕਰ ਸਕਦਾ। ਔਰ ਸਭ ਤੋਂ ਵੱਡੀ ਗੱਲ, 4 ਕਿਸ਼ਤਾਂ ਜਿਹੜੀਆਂ ਨੇ ਉਹ ਕਰਕੇ ਉਹ ਪੇ ਵੀ ਕਰ ਸਕਦਾ। ਕੈਮਰਾ ਪਰਸਨ ਸ਼ਿਵਮ ਦੇ ਨਾਲ ਸਾਜਿੰਦਰ ਔਲਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।